ਸਤਿ ਸ੍ਰੀ ਅਕਾਲ ਦੋਸਤੋ, ਕੀ ਹਾਲ ਨੇ ਸਾਰਿਆਂ ਦੇ? ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ। ਸੋ ਅੱਜ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ। ਸੋ ਅੱਜ ਦਾ ਜਿਹੜਾ ਬਲੌਗ ਹੈ ਸੋ ਬਹੁਤ ਹੀ ਵਧੀਆ ਹੋਣ ਵਾਲਾ ਹੈ, ਕਿਉਂਕਿ ਅੱਜ ਮੈਂ ਤੁਹਾਨੂੰ ਦਿਖਾਊਂਗਾ ਦੁਬਈ ਦੀ ਵਿਰਾਸਤ। ਹਾਂਜੀ, ਦੁਬਈ ਦੀ ਵਿਰਾਸਤ ਕਿ ਦੁਬਈ ਦੇ ਜਿਹੜੇ ਸਭ ਤੋਂ ਪੁਰਾਣੇ ਘਰ ਸੀਗੇ, ਸੋ ਅੱਜ ਵੀ ਉਹਨਾਂ ਨੇ ਉਹਨਾਂ ਦੀ ਸਾਂਭ ਸੰਭਾਲ ਬੜੇ ਤਰੀਕੇ ਅਤੇ ਸਲੀਕੇ ਨਾਲ ਕੀਤੀ ਹੋਈ ਹੈ। ਸੋ 1939 ਦੇ ਜਿਹੜੇ ਮਤਲਬ ਕਿ ਬਣੇ ਹੋਏ ਘਰ ਆ, ਸੋ ਦੇਖੋ ਕਿੰਨੇ ਪੁਰਾਣੇ ਆ। ਸੋ ਅਜੇ ਤੱਕ ਮਤਲਬ ਕਿ ਉਹਨਾਂ ਦੀ ਸਾਂਭ ਸੰਭਾਲ ਕੀਤੀ ਹੋਈ। ਸੋ ਅੱਜ ਮੈਂ ਤੁਹਾਨੂੰ ਉਹ ਸਾਰਾ ਏਰੀਆ ਦਿਖਾਊਂਗਾ। ਸਾਡੇ ਪੰਜਾਬ ਦੀ ਵੀ ਵਿਰਾਸਤ ਬੜੀ ਪੁਰਾਣੀ ਆ, ਪੁਰਾਣੇ ਸਾਡੇ ਪੰਜਾਬ ਦੇ ਵਿੱਚ ਹੀ ਮਤਲਬ ਇੱਦਾਂ ਦੇ ਘਰ ਹੁੰਦੇ ਸੀ, ਬਟ ਲੋਕਾਂ ਨੇ ਉਹਨਾਂ ਨੂੰ ਢੇ ਕੇ ਹੁਣ ਨਵੇਂ ਬਣਾ ਲਿਆ, ਲੇਕਿਨ ਪੁਰਾਣੇ ਘਰ ਤੁਹਾਨੂੰ ਕਿਤੇ ਕਿਤੇ ਵੀ ਪੰਜਾਬ 'ਚ ਮਿਲਣਗੇ। ਸੋ ਇਹ ਅੱਜ ਦਾ ਜਿਹੜਾ ਬਲੌਗ ਹੈ ਤੁਹਾਨੂੰ ਮੈਂ ਦਿਖਾਊਂਗਾ ਦੁਬਈ ਦੇ ਵਿੱਚ ਜਿਹੜੇ ਇੱਥੇ ਦੇ ਪੁਰਾਣੇ ਲੋਕ ਰਹਿੰਦੇ ਸੀ। ਸੋ ਉਹਨਾਂ ਦੇ ਘਰ ਅੱਜ ਵੀ ਉੱਦਾਂ ਦੇ ਉੱਦਾਂ ਹੀ ਆ, ਭਾਵੇਂ ਅੱਜ ਦੁਬਈ ਬਹੁਤ ਸਾਰੀ ਤਰੱਕੀ ਕਰ ਗਿਆ, ਲੇਕਿਨ ਉਹਨਾਂ ਦੇ ਜਿਹੜੇ ਘਰ ਆ ਨਾ ਸੇਮ ਉੱਦਾਂ ਦੇ ਆ। ਸੋ 1939 ਦੇ ਜਿਹੜੇ ਘਰ ਬਣੇ ਹੋਏ ਆ, ਸੋ ਇਹ ਅੱਜ ਵੀ ਇੱਥੇ ਦੀ ਜਿਹੜੀ ਮਿਊਂਸੀਪਾਲਿਟੀ ਆ ਮਤਲਬ ਕਿ ਉਹਨੇ ਸੰਭਾਲ ਕੇ ਰੱਖੇ। 1994 ਦੇ ਵਿੱਚ ਇਹਨਾਂ ਨੂੰ ਮੋਡੀਫਾਈ ਕੀਤਾ ਗਿਆ ਸੀ। ਸੋ ਆ ਜਾਓ ਤੁਹਾਨੂੰ ਦਿਖਾਉਂਦੇ ਆ ਦੁਬਈ ਦੀ ਇੱਕ ਪੁਰਾਣੀ ਝਲਕ। ਸੋ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਜੀ। ਕਮ ਲੈਟਸ ਗੋ। ਸੋ ਦੋਸਤੋ, ਭਾਵੇਂ ਅੱਜ ਦੁਬਈ ਨੇ ਬੜੀ ਤਰੱਕੀ ਕਰ ਲਈ ਹੈ, ਸੋ ਬਹੁਤ ਸਾਰੀਆਂ ਬਿਲਡਿੰਗ ਨੇ, ਪਰ ਫਿਰ ਵੀ ਇਹਨਾਂ ਲੋਕਾਂ ਨੇ ਜਿਹੜਾ ਆਪਣਾ ਪਿਛੋਕੜ ਆ, ਆਪਣਾ ਵਿਰਸਾ ਆ, ਉਹਨੂੰ ਨਹੀਂ ਗਵਾਇਆ। ਸੋ ਅੱਜ ਮੈਂ ਤੁਹਾਨੂੰ ਦਿਖਾਊਂਗਾ ਜੀ ਸ਼ੇਖ ਸ਼ਾਹਿਦ ਅਲ ਮਖਦੂਮ ਹਾਊਸ, ਜੋ ਕਿ ਅਲ ਗੁਬੇਬਾ ਮੈਟਰੋ ਸਟੇਸ਼ਨ ਦੇ ਬਿਲਕੁਲ ਕੋਲ ਹੈ। ਸੋ ਇਹ ਹੈਗਾ ਜੀ ਅਲ ਗੁਬੇਬਾ ਮੈਟਰੋ ਸਟੇਸ਼ਨ ਦਾ ਏਰੀਆ। ਸੋ ਇਹਦੇ ਨਾਲ ਹੀ ਇਹਨਾਂ ਦਾ ਘਰ ਹੈਗਾ ਜੀ ਸ਼ੇਖ ਸ਼ਾਹਿਦ ਅਲ ਮਖਦੂਮ ਜੀ ਦਾ ਹਾਊਸ ਹੈ, ਜੋ ਪੁਰਾਣਾ ਮਤਲਬ ਕਿ ਇੱਥੇ ਦੇ ਜਿਹੜੇ ਆਪਣੇ ਰੂਲਰ ਸੀਗੇ ਦੁਬਈ ਦੇ, ਵਾਈਸ ਰੂਲਰ, ਸੋ ਉਹਨਾਂ ਦਾ ਘਰ ਹੈਗਾ ਆ ਸ਼ੇਖ ਸੀਗੇ। ਸੋ ਜਿਹੜੇ ਹੁਣ ਪ੍ਰੈਜ਼ੈਂਟ ਸ਼ੇਖ ਹੈਗੇ ਆ ਇੱਥੇ ਦੇ ਆਪਣੇ, ਉਹ ਹੈਗੇ ਆ ਜੀ ਮੁਹੰਮਦ ਬਿਨ ਰਾਸ਼ਿਦ ਅਲ ਮਖਦੂਮ। ਸੋ ਉਹਨਾਂ ਦੇ ਪਿਤਾ ਸੀ, ਅਤੇ ਜੇ ਉਹਨਾਂ ਦੇ ਪਿਤਾ ਜੀ ਨੇ ਮਤਲਬ ਕਿ ਇਹ ਘਰ ਬਣਾਇਆ ਸੀਗਾ 1896 ਦੇ ਵਿੱਚ। ਸੋ ਉਸ ਤੋਂ ਬਾਅਦ 1939 ਵਿੱਚ ਫਿਰ ਦੁਬਾਰਾ ਇਹਨੂੰ ਮਤਲਬ ਕਿ ਇਹਦੀ ਮੁਰੰਮਤ ਕੀਤੀ ਗਈ, ਅਤੇ ਉਸ ਤੋਂ ਬਾਅਦ ਹੁਣ 1994 ਤੋਂ ਲੈ ਕੇ ਆਪਣੇ ਇੱਥੇ ਦੁਬਈ ਮਿਊਂਸੀਪਾਲਿਟੀ ਆ ਉਹ ਇਹਦੀ ਸਾਂਭ ਸੰਭਾਲ ਕਰ ਰਹੀ ਹੈ। ਸੋ ਦੇਖੋ ਇੰਨੇ ਸਾਲ ਪੁਰਾਣਾ ਹੋਣ ਦੇ ਬਾਵਜੂਦ ਵੀ ਅੱਜ ਵੀ ਤੁਹਾਨੂੰ ਇਹ ਬਿਲਕੁਲ ਇੱਦਾਂ ਲੱਗੂਗਾ ਜੀ ਜਿੱਦਾਂ ਹੁਣੇ ਬਣਾਇਆ। ਸੋ ਦੇਖੋ ਤੁਹਾਡੇ ਸਾਹਮਣੇ ਆ ਬਿਲਕੁਲ। ਸੋ ਕੀ ਹੈ ਕਿ ਇਹ ਲੋਕ ਆਪਣੇ ਬਜ਼ੁਰਗਾਂ ਨੂੰ, ਆਪਣੇ ਬਜ਼ੁਰਗਾਂ ਦੀ ਵਿਰਾਸਤ ਨੂੰ ਪਿਆਰ ਕਰਦੇ ਆ, ਭਾਵੇਂ ਅੱਜ ਇਹ ਦੁਨੀਆ 'ਤੇ ਛਾ ਗਏ ਆ, ਦੁਨੀਆ 'ਚ ਦੁਬਈ ਦਾ ਨਾਮ ਆ, ਬਟ ਫਿਰ ਵੀ ਇਹਨਾਂ ਲੋਕਾਂ ਨੇ ਆਪਣਾ ਜਿਹੜਾ ਵਿਰਾਸਤ ਵਿਰਸਾ ਆ ਉਹਨੂੰ ਅੱਜ ਵੀ ਸੰਭਾਲ ਕੇ ਰੱਖਿਆ ਹੋਇਆ। ਸੋ ਦੇਖੋ ਇਹ ਉਹਨਾਂ ਦੇ ਜਿਹੜੇ ਪਿਤਾ ਸੀਗੇ ਉਹਨਾਂ ਦਾ ਘਰ ਹੈਗਾ। ਸੋ ਅੱਜ ਮੈਂ ਇੱਥੇ ਆਇਆ ਹਾਂ, ਸੋ ਵਧੀਆ ਲੱਗਾ। ਸੋ ਇਹ ਦੇਖੋ ਇੱਥੇ ਉਹਨਾਂ ਦਾ ਮਤਲਬ ਕਿ ਇਹ ਪੁਰਾਣੇ ਦਰਵਾਜ਼ੇ ਜਿੱਦਾਂ ਪੁਰਾਣੇ ਘਰ ਮਿੱਟੀ ਨਾਲ। ਸੋ ਇਹ ਮੈਂ ਆਪਣੀ ਸੂਰਤ ਦੇ ਵਿੱਚ ਮਤਲਬ ਕਿ ਇਹ ਸਾਰਾ ਕੁਝ ਦੇਖਿਆ ਜੀ। ਇਹ ਹੈਗਾ ਜੀ ਮੇਨ ਐਂਟਰੈਂਸ, ਅੱਗੇ ਆ ਜਾਓ। ਦੋਸਤੋ ਮੈਂ ਦੇਖੋ ਹੁਣ ਜਿਹੜਾ ਨਾ ਇੱਥੇ ਦਾ ਆਪਣੇ ਇੱਥੇ ਦੇ ਸ਼ੇਖ ਸੀਗੇ ਪੁਰਾਣੇ, ਉਹਨਾਂ ਦੇ ਘਰ ਦੇ ਵਿੱਚ ਬਿਲਕੁਲ ਖੜ੍ਹਾ ਆ। ਸੋ ਇਹ ਹੈਗੇ ਇੱਥੇ ਦੇ ਮਤਲਬ ਕਿ ਸ਼ੇਖ ਮੁਹੰਮਦ ਅਲ ਮਖਦੂਮ, ਸ਼ੇਖ ਅਲ ਮਖਦੂਮ ਜੋ ਕਿ ਇੱਥੇ ਦੇ ਮਤਲਬ ਕਿ ਇੱਥੇ ਦੇ ਪ੍ਰੈਜ਼ੀਡੈਂਟ ਹੈਗੇ ਆ ਦੁਬਈ ਦੇ। ਸੋ ਇਹ ਉਹਨਾਂ ਦਾ ਘਰ ਹੈਗਾ ਆ। ਸੋ ਮੈਂ ਲੇਟ ਹੋ ਗਿਆ ਥੋੜ੍ਹਾ, ਇਸ ਕਰਕੇ ਉਹਨਾਂ ਨੇ ਬੰਦ ਕਰ ਦਿੱਤਾ ਆ, ਬਟ ਫਿਰ ਵੀ ਜਿੰਨਾ ਮੈਂ ਤੁਹਾਨੂੰ ਹੁੰਦਾ ਅਤੇ ਦਿਖਾ ਸਕਦਾ, 6 ਵਜੇ ਤੱਕ ਤੁਸੀਂ ਆਓ, 6 ਵਜੇ ਤੱਕ ਓਪਨ ਹੁੰਦਾ, ਬਟ ਹੁਣ ਇਹ ਬੰਦ ਹੋ ਗਿਆ। ਲੇਕਿਨ ਫਿਰ ਵੀ ਬਾਹਰੋਂ ਤਾਂ ਚਲੋ ਆਪਾਂ ਤੁਹਾਨੂੰ ਦਿਖਾ ਸਕਦੇ, ਅੰਦਰ ਰੂਮ 'ਚ ਜਾ ਕੇ ਤਾਂ ਨਹੀਂ ਦਿਖਾ ਸਕਦੇ। ਸੋ ਇਹ ਇੱਥੇ ਦੀ ਪੁਰਾਣੀ ਵਿਰਾਸਤ ਹੈ ਜਿਹੜੀ। ਹਾਂਜੀ ਦੋਸਤੋ, ਇਹ ਦੇਖੋ ਤੁਹਾਡੇ ਸਾਹਮਣੇ ਇਹ ਹੈ ਜੀ ਪੁਰਾਣਾ ਮਤਲਬ ਕਿ ਘਰ, ਇੱਥੋਂ ਦੇ ਜਿਹੜੇ ਆਪਣੇ ਵਾਈਸ ਰੂਲਰ ਸੀਗੇ ਪੁਰਾਣੇ, ਉਹਨਾਂ ਦਾ ਨਾਮ ਤਾਂ ਤੁਹਾਨੂੰ ਮੈਂ ਦੱਸੀ ਤਾਂ ਸ਼ੇਖ ਸ਼ਾਹਿਦ ਅਲ ਮਖਦੂਮ। ਸੋ ਜੋ ਕਿ ਇੱਥੇ ਦੇ ਜਿਹੜੇ ਹੁਣ ਪ੍ਰੈਜ਼ੈਂਟ ਰੂਲਰ, ਉਹਨਾਂ ਦੇ ਪਿਤਾ ਜੀ ਦਾ ਘਰ ਹੈ। ਸੋ ਇਹ ਹੈਗਾ ਜੀ ਬਾਹਰਲਾ ਹਿੱਸਾ, ਤੁਸੀਂ ਦੇਖੋ ਵੀ ਇੰਨਾ ਪੁਰਾਣਾ ਹੋਣ ਦੇ ਬਾਵਜੂਦ ਵੀ ਅੱਜ ਦੇਖੋ, ਇਹ ਦੇਖੋ ਉੱਪਰ ਦੇਖੋ ਬਾਲੇ ਦੀਆਂ ਛੱਤਾਂ, ਉੱਪਰ ਲੈਂਪ ਲੱਗੇ ਹੋਏ ਆ। ਸੋ ਇਹ ਸਾਰਾ ਕੁਝ ਪੁਰਾਣਾ ਆ ਚੀਜ਼ਾਂ, ਇਹ ਮਤਲਬ ਕਿ ਚੀਜ਼ਾਂ ਤਾਂ ਮੈਂ ਆਪਣੇ ਮਤਲਬ ਕਿ ਸੂਰਤ ਵਿੱਚ ਆਪਣਾ ਮਤਲਬ ਕਿ ਹੁਣ ਤਾਂ ਚਲੋ ਬਹੁਤ ਘੱਟ ਗਏ ਹੈਗੇ, ਇੱਦਾਂ ਦੇ ਘਰ ਟੁੱਟ ਗਏ ਹੈਗੇ ਆ ਸਾਡੇ ਪੰਜਾਬ ਦੇ ਵਿੱਚ ਹੀ, ਲੇਕਿਨ ਮੈਂ ਆਪਣੀ ਸੂਰਤ ਵਿੱਚ ਦੇਖਿਆ। ਸੋ ਇੱਥੇ ਦੇ ਦਰਵਾਜ਼ੇ ਦੀ ਬਣਤਰ ਦੇਖੋ, ਉਹਨਾਂ ਦੇ ਦਰਵਾਜ਼ੇ ਆ ਦੇਖੋ, ਅੰਦਰ ਪੇਂਟਿੰਗਸ ਪਈਆਂ ਹੋਈਆਂ ਅੰਦਰ, ਅਤੇ ਉੱਦਾਂ ਦਾ ਉੱਦਾਂ ਹੀ ਆ ਬਿਲਕੁਲ ਨਵਾਂ, ਬਿਲਕੁਲ ਐਨ ਸੰਭਾਲ ਕੀਤੀ ਹੋਈ ਹੈ ਪੂਰੇ। ਆ ਪੇਂਟਿੰਗ ਵਗੈਰਾ ਤਾਂ ਚਲੋ ਹੁਣ ਰੱਖੀਆਂ, ਲੇਕਿਨ ਅੱਜ ਇੱਥੋਂ ਦਾ ਜਿਹੜਾ ਮਤਲਬ ਕਿ ਡੈਕੋਰੇਸ਼ਨ ਆ, ਜਿਹੜੀ ਇੱਥੋਂ ਦਾ ਜਿਹੜੀ ਇਹਦੀ ਬਣਤਰ ਹੈ ਉਹ ਪੁਰਾਣੀ ਆ। ਹੁਣ ਆ ਖਿੜਕੀਆਂ ਉੱਤੇ, ਖਿੜਕੀਆਂ ਉੱਤੇ ਡਿਜ਼ਾਇਨ ਕੀਤੇ ਹੋਏ ਨਾ, ਇਹ ਪੂਰਾ ਮਤਲਬ ਕਿ ਪੁਰਾਣੇ ਸਮੇਂ ਦੇ ਵਿੱਚ ਇੱਦਾਂ ਦੇ ਹੁੰਦੇ ਸੀ ਘਰ, ਸੋ ਉੱਦਾਂ ਦੇ ਹੀ ਆ। ਸੋ ਆਹ ਦੇਖੋ ਅੰਦਰ ਕਾਫੀ ਸਮਾਨ ਕੁਛ ਰੱਖਿਆ ਹੋਇਆ ਪੁਰਾਣੇ ਸਮੇਂ ਦਾ, ਉਹਨਾਂ ਦੇ ਟਾਈਮ ਦਾ। ਸੋ ਬੰਦ ਹੋ ਗਿਆ ਸੀ, ਲੇਕਿਨ ਜਿਹੜਾ ਇੱਥੋਂ ਦੇ ਮਤਲਬ ਕਿ ਉਹ ਆਪਣਾ
वॉचमैन हैगा। फिर मैं उन्होंने रिक्वेस्ट की, वह कहिंदा चलो कोई नहीं तुसीं देख लो। लाइट तो बंद हो गई सी लेकिन मेरे मोबाइल की लाइट के नाल पूरा वधिया, फिर भी एक बहुत माहौल वधिया है हुण, क्योंकि इस टाइम मैं इतने कल्ला ही हाँ, क्राउड हुंदा है। सो ये दुबई दे विच पहली लोकेशन है जिहड़ी कि मैं देखता पिया, कोई भी नहीं हैगा। सो देखो अंदर देखो आ रखी है वही पीढ़ी सैट, पुराना समान देखो, पुरानिया खिड़कियाँ किदां दियां, सो आ पुराना सैट आ इत्थे दे जिहड़े मतलब कि शेक हो जाणगे। देखो उन्हां दी कढ़ाई कढ़िया पूरा सीसा, उन्हां दियां पुरानियां फोटोस हैगियां आ। सो ये चीज़ा देख के ना बंदे नूं वधिया लगता भी, पहले समय दे विच भी देखो किन्नी मतलब कि उन्हां दी शानो शौकत होगी। सो देखो उदां दे उदां ही रखे हुए आ। सो ये हुंदा जी अपने बजुर्गों की विरासत नूं सांभणा। सो आ बाहरला पासा है पूरा, सो अंदरों भी चलो देखने का मौका मिल गया। लेट तो मैं हो गया सी लेकिन वॉचमैन ने मैनू अलो कर दिता भी चल तू कोई नहीं देख लै। सो ये डबल स्टोरी हैगा, सो उपरला तो चलो बंद हो गया सी, फिर किसी दिन दिखावांगे। सो आ देखो पुरानियां कुर्सियां मेज़ ऐदा दे मतलब कि ज़्यादातर होंदे सी पहला। सो अजकल तो बहुता सारा कुछ इलैक्ट्रॉनिक चीज़ा थोड़ा मोडिफाई हो गया काफ़ी चीज़ा, लेकिन जो पुराना चीज़ा पुरानिया पुरानिया ही हैं। सो ये देखो पूरा ये पूरा अंदर आ, ये जड़ा इन्हें कंधा है ना ये कच्चे मिट्टी दियाँ बनिया हुई आ। सो इस करके सो दरवाजे देखो, दरवाजे की कढ़ाई देखो, ये पूरा पुराना समय पुराने समय के इदा के दरवाजे होंगे सी। सो अजकल का इलैक्ट्रॉनिक दरवाजे आ गए सारा कुछ आ, देखो किली लगी हुई है, पुराने समय के इदा इन बंद करते होंगे सी। सो मैं अपनी सूरत में यह सारिया चीज़ा देखी हुई। सो देखो देख के वधिया लगता, कदी कदी तो हूँ इतों देख के इदा लगता जिदा मैं पंजाब इदा दिया महे मोहल्ले होंगे। सो आ देखो उन्होंने पिता जी का नाम लिखा हुआ इतने। सो ये हूँ मैं बाहर आ गया हाँ, ये बाहरला हिस्सा आ। सो उपर देखो परनाले जोड़े हम पानी तो मीह का पानी थले हों इदा के परनाले होंगे सी। सो जोड़े पुराने साढ़े मेरे जिन्हों का मेरे टाइम से जन्म होया उन्होंने तो पता होगा, अजकल जो न्याण का जन्म हुआ उन्होंने परनाले का नहीं पता होना। सो आ देखो परनाले लगे हुए मीह के पानी तो आता, सो उपर ना खड़ा हो थले आने वास्ते। सो उदा ही बनेरे बने हुए उपर, आ छोटिया खिड़कियां बनिया हुई जिदा पुराने समय के होंदिया सी। सो पूरा मिट्टी का बनया हुआ पूरा, लेकिन यदि साफ संभाल कि वधिया तरीके ने की हुई है। सो इस एरिए दे विच आ के तुहानू इदां लगेगा भी यार वाकई असी मतलब कि एक अलग ही एरिए दे विच आ चुके हैं। सो देखो सो रात का टाइम आ, तुसी डे टाइम देखो किन्ना वधिया होंगे। सो मैं लेट होने करके ना, बट फिर भी वधिया देखो व्यू आ रहा है, क्योंकि इस टाइम इधर बहुत बंदे घट होंगे आ, नहीं तो सवेरे तो बहुत रश हों। चलो ये भी एक वधिया हो गया। सो इधर पासे पार्क हैगी है नाल ही इत्थे अलगुएबा मेट्रो स्टेशन है। सो आ गली देखो ये मतलब कि थोड़ा जिहा इहनू मॉडिफाई किया है, चलो पुराने समय में तो इत्थे चलो कच्ची गली होगी कुछ आऊगा। सो बट फिर भी जिहड़ा उन्होंने जिन्ना क पुराना हैगा उन्होंने संभाल के रखे हुआ। सो देखो कंधा बनाई हुई डिजाइन उस समय में यह डिजाइन होंगे सी। सो आ देखो पूरा उस तरीके रखा हुआ। सो ये पूरा बैकसाइड एरिया आ। सो हूँ इन्होंने तुम थोड़ा अगे जाओगे ना तुम्हें पता चलूगा कि हूँ ये अगले पास हम शॉप्स वगैरह उन्होंने बना दी। सो वो भी रेंट वगैरह दी हुई हैं। बट आ देखो ये दरवाजे आ देखो पुराने दरवाजे खिड़कियाँ ऑलरेडी मैं तुम दस दिता, ये पुराने समय के इदा का ही होंगे सारा कुछ। सो इधरले पासे गली हैगी है। सो देखो इन्होंने अज भी संभाल के रखे। सो सीसीटीवी कैमरे तो लगे हुए हैं क्योंकि कोई तोड़ भाड़ ना करे, नहीं तो साढ़े इंडिया के जिन्हें मतलब कि उस टेरिकल प्लेस जाए उत्ते कोई जाता जी, कोई नाम लिख के आ जाता, कोई कुछ कर कहता, कोई तोड़ भन कर कहता। बट इतने देखो इन्होंने पूरा सेफ्टी नाल उन्होंने चीज़ों रखा हुआ है। सो आ किसी ने हूँ होटल लिया हुआ है नाल ही पुरानी इमारत। अज भी देखो तुम अगले पास जाओगे ना, मैं तुम थोड़ी देर तक अगे लेके जाता अगे चलो। सो आ गली हैगी है। सो आ गली देखो नाइट के भी देखो कि वधिया व्यू दिखता पाया है, इन्ना वधिया नज़ारा है। सो आ देखो पत्थर जोड़ के उदे उत्ते बनाया हुआ थले पता लगता, पहले पत्थर होंगे सी टाक तो होंदिया नहीं सी होंगे सी। सो आ देखो तुम मैं दिखाता देखो आ जिहड़ा कुंडा है ना दरवाजे का, सो ये मैं देखा हुआ साढ़े घर भी होंदा सीगा पुराने घर के। सो अजे भी तुम पंजाब कितने कितने दे मिल जाऊंगे। सो दरवाजे पुराने देखो आ सामने देखो कुंडा जहा ये दखड़काते होंगे जी तो खोलता होंगे, अजकल तो बैलां लगिया हुई डोर से, बट पुराने समय में इदा कुंडा खड़का पता लगता कोई बाहर आया है। सो ये मैं अपनी सूरत में देखा हुआ। सो देखो इन्हों की कढ़ाई देखो पुराने समय की दरवाजे की। सो इस तो मतलब कि एक पुराना चीज़ का
ਹੁੰਦਾ। ਸੋ ਇੱਧਰ ਅੱਗੇ ਆਪਾਂ ਜਾਵਾਂਗੇ, ਅੱਗੇ ਤੁਹਾਨੂੰ ਇਹ ਬਿਲਕੁਲ ਨਾਲ ਹੀ ਬੀਚ ਆ। ਸੋ ਇਸ ਏਰੀਏ ਦੇ ਵਿੱਚ ਦੇਖੋ ਇਹ ਕਦੀ ਰਹੇ ਹੋਣਗੇ, ਇੱਥੇ ਦੇ ਜਿੰਨੇ ਮਤਲਬ ਸ਼ੇਖ ਰਹੇ ਹੀ ਹੈ, ਬਟ ਹੁਣ ਤਾਂ ਚਲੋ ਨਹੀਂ ਆ ਗਏ, ਹੁਣ ਇਹਨਾਂ ਨੇ ਇਹਨੂੰ ਮਿਊਜ਼ੀਅਮ ਦਾ ਰੂਪ ਦੇ ਦਿੱਤਾ ਹੈ। ਬਟ ਉਸ ਸਮੇਂ ਦੇ ਵਿੱਚ ਤੁਸੀਂ ਫੀਲ ਕਰੋ ਵੀ ਕਿੰਨਾ ਵਧੀਆ ਹੋਊਗਾ ਵੀ ਇਹ ਇੱਕੋ ਹੀ ਇੱਥੇ ਘਰ ਹੋਊਗਾ ਵੱਡਾ, ਉਨੀ ਉਹਨਾਂ ਦੀ ਸੁੱਖ ਸ਼ੋਨਤ ਹੋਊਗੀ। ਸੋ ਦੇਖੋ, ਸੋ ਆਹ ਦੇਖੋ ਇਹ ਹੁਣ ਜਿਹੜਾ ਏਰੀਆ ਇਹ ਅੱਜ ਇਹ ਹੁਣ ਨਵਾਂ ਬਣ ਗਿਆ ਆ ਆਲੇ ਦੁਆਲੇ ਬਿਲਡਿੰਗਸ, ਬਟ ਆਹ ਜਿਹੜਾ ਏਰੀਆ ਇਸ ਪੋਰਸ਼ਨ ਨੂੰ ਨਹੀਂ ਕਿਸੇ ਨੇ ਵੀ ਛੇੜਿਆ, ਇਹ ਉੱਦਾਂ ਦਾ ਉੱਦਾਂ ਹੀ ਆ। ਅਜੇ ਵੀ ਦੇਖੋ ਉੱਦਾਂ ਦਾ, ਸਿਰਫ ਉੱਦਾਂ ਹੀ ਆ, ਕੁਛ ਵੀ ਨਹੀਂ ਕੀਤਾ ਗਿਆ ਇਸ ਚੀਜ਼ ਨੂੰ, ਬਿਲਕੁਲ ਟੱਚ ਨਹੀਂ ਕੀਤਾ ਗਿਆ। ਸੋ ਦੇਖੋ ਤੁਹਾਡੇ ਸਾਹਮਣੇ, ਸੋ ਇਹ ਚੀਜ਼ਾਂ ਹੁੰਦੀਆਂ ਜੀ ਆਪਣੀ ਵਿਰਾਸਤ ਨੂੰ ਆਪਣੇ ਬਜ਼ੁਰਗਾਂ ਦੀ ਨੂੰ ਸਾਂਭ ਕੇ ਰੱਖਣਾ ਅਤੇ ਉਹਨੂੰ ਪੂਰਾ ਇੱਕ ਅਸੀਂ ਚੰਗੀ ਦਿਸ਼ਾ ਦੇ ਕੇ ਰੱਖਣਾ ਲੋਕਾਂ ਨੂੰ। ਅਗਰ ਦੇਖੋ ਵਿਰਾਸਤ ਹੋਊਗੀ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਫਿਰ ਹੀ ਪਤਾ ਲੱਗੂਗਾ ਵੀ ਹਾਂ ਜੀ ਪੁਰਾਣੇ ਸਮੇਂ ਵਿੱਚ ਇੱਦਾਂ ਹੋਊਗੀ। ਅਗਰ ਸਾਡੀ ਵਿਰਾਸਤ ਹੀ ਨਾ ਹੋਊਗੀ ਤਾਂ ਫਿਰ ਪਤਾ ਨਹੀਂ ਲੱਗਦਾ ਨਾ ਵੀ ਕੀ ਸੀਗਾ ਜਾਂ ਕੀ ਨਹੀਂ ਸੀਗਾ। ਸੋ ਆਪਣੇ ਇਹਨਾਂ ਨੇ ਆਉਣ ਵਾਲੇ ਬੱਚਿਆਂ ਲਈ ਇਹਨਾਂ ਨੇ ਦੇਖੋ ਪੂਰਾ ਉਹਨੂੰ ਉਨੀ ਚੀਜ਼ ਨੂੰ ਸੇਫ ਕਰਕੇ ਰੱਖਿਆ ਹੋਇਆ ਹੈ। ਸੋ ਆਹ ਦੇਖੋ ਇੱਧਰਲੇ ਪਾਸੇ ਵੀ ਉੱਪਰ ਬਾਲੇ ਹੋਏ ਆ, ਲੱਕੜੀ ਦੇ ਬਨੇਰੇ ਆ, ਇਹ ਸਾਰਾ ਕੁਝ ਪੁਰਾਣੇ ਸਮੇਂ ਦੇ ਵਿੱਚ ਹੁੰਦਾ ਸੀ, ਲੱਕੜੀ ਦਾ ਮਾਣ ਹੁੰਦਾ ਸੀ। ਸੋ ਅੱਜ ਕੱਲ੍ਹ ਤਾਂ ਚਲੋ ਟੈਕਨੋਲੋਜੀ ਬਹੁਤ ਵੱਧ ਗਈ ਆ, ਬਟ ਅਤੇ ਪੁਰਾਣੀਆਂ ਚੀਜ਼ ਦਾ ਉਹ ਪੁਰਾਣੀਆਂ ਚੀਜ਼ਾਂ ਉਹਨਾਂ ਦਾ ਮਜ਼ਾ ਅਲੱਗ ਹੀ ਹੈ। ਸੋ ਲਾਈਟ ਉਹਨਾਂ ਨੇ ਬੰਦ ਕਰ ਦਿਆ ਹੁਣ ਕਿਉਂਕਿ ਨਾਈਟ ਦਾ ਟਾਈਮ ਹੋ ਗਿਆ ਹੈ। ਸੋ ਦੇਖੋ ਤੁਹਾਡੇ ਸਾਹਮਣੇ ਇਹ ਕੋਰਨਰ ਤੋਂ ਕਿੰਨਾ ਵਧੀਆ ਦਿਖਦਾ ਪਿਆ, ਇਹ ਉਹਨਾਂ ਦਾ ਘਰ ਦਾ ਬੈਕ ਸਾਈਡ ਹੈ। ਸੋ ਪਿਛਲਾ ਪਾਸਾ ਮੈਂ ਉੱਧਰਲੇ ਪਾਸੇ ਆਇਆ ਸੀ। ਸੋ ਦੇਖੋ ਇਹ, ਸੋ ਅਗਲੇ ਇੱਧਰਲੇ ਪਾਸੇ ਹੈਗਾ ਜੀ ਬੀਚ, ਇਹ ਵੀ ਬੀਚ ਹੁਣ ਥੋੜ੍ਹਾ ਜਿਹਾ ਇਹਨੂੰ ਇਸਟੈਬਲਿਸ਼ ਕਰ ਦਿੱਤਾ ਹੈਗਾ, ਇੱਥੇ ਹੁਣ ਹੋਟਲ ਹੈਗੇ ਆ। ਨਾਲ ਦੇਖੋ ਆ ਪੂਰਾ ਬੀਚ ਏਰੀਆ, ਇੱਥੋਂ ਬੋਟਸ ਵੀ ਮਿਲ ਜਾਂਦੀਆਂ, ਨਾਲ ਹੋਟਲ ਹੈ। ਉਹ ਸਾਹਮਣੇ ਦੇਖਦੇ ਪਏ ਤੁਸੀਂ, ਉਹ ਸਾਹਮਣੇ ਜਿਹੜੇ ਉਹ ਬਣਿਆ ਪਿਆ ਇੱਦਾਂ, ਇਹ ਹੈਗਾ ਜੀ ਇਹ ਹੁਣ ਬਣਾਇਆ ਇਹਨਾਂ ਨੇ ਪੁਲ ਆਏ, ਇਹ ਵਰਲਡ ਦਾ ਸਭ ਤੋਂ ਮਤਲਬ ਕਿ ਵੱਡਾ ਅਤੇ ਉੱਚਾ ਪੁਲ ਆਇਆ, ਅਤੇ ਇਹ ਹੁਣ ਹੀ ਬਣਿਆ ਕਾਫੀ ਟਾਈਮ, ਇੱਥੇ ਵੀ ਕਿਸੇ ਨੂੰ ਜਾਵਾਂਗੇ ਜੇ ਮੌਕਾ ਮਿਲਿਆ। ਸੋ ਇੱਧਰਲੇ ਪਾਸੇ ਦੇਖੋ, ਮੈਂ ਤੁਹਾਨੂੰ ਦੱਸਿਆ ਨਾ ਹੁਣ ਜਿਨ੍ਹਾਂ ਨੇ ਇਹਨਾਂ ਨੇ ਕੀ ਕੀਤਾ, ਜਿਹੜੇ ਪੁਰਾਣੇ ਘਰ ਸੀ ਉਹਨਾਂ ਨੂੰ ਮਤਲਬ ਕਿ ਜਿਹੜੇ ਇੱਥੇ ਦੇ ਲੋਕਲ ਮਤਲਬ ਕਿ ਬਾਹਰੋਂ ਬੰਦੇ ਆਉਂਦੇ ਉਹਨਾਂ ਨੂੰ ਸ਼ੋਪਸ ਦੇ ਦਿੱਤੀਆਂ ਬਣਾ ਕੇ। ਸੋ ਸ਼ੋਪਸ ਹੈ, ਸੋ ਇੱਥੇ ਬਹਿ ਕੇ ਅਗਰ ਆਈਏ ਆਪਣੀ ਫੈਮਿਲੀ ਨਾਲ ਵੀ। ਸੋ ਆਹ ਦੇਖੋ ਬੋਟ ਹੈ, ਇੱਥੇ ਮੈਂ ਤੁਹਾਨੂੰ ਦੱਸਿਆ ਨਾ ਅਤੇ ਨਾਲ ਬੋਟਸ ਵੀ ਹੈਗੀਆਂ ਆ, ਉੱਥੋਂ ਤੁਸੀਂ ਬੋਟਸ ਬਹਿ ਕੇ ਵੀ ਬੋਟਸ ਦਾ ਵੀ ਨਜ਼ਾਰਾ ਲੈ ਸਕਦੇ ਹਾਂ। ਸੋ ਉਹ ਹੈਗਾ ਸਾਹਮਣੇ ਦੁਬਈ ਦੇ ਵਿੱਚ, ਇਹਨਾਂ ਨੇ ਹੁਣੇ ਬਣਾਇਆ, ਇਹ 2022 ਦੇ ਵਿੱਚ ਇਹਨੂੰ ਓਪਨ ਕੀਤਾ ਹੈ ਪੁਲ, ਸਾਰੀ ਦੁਨੀਆ ਵਿੱਚ ਸਭ ਤੋਂ ਵੱਡਾ ਪੁਲ ਹੈਗਾ। ਸੋ ਆਹ ਦੇਖੋ ਇਹਦੇ ਪਾਸੇ ਜਿਹੜੇ ਪੁਰਾਣੇ ਘਰ ਸੀਗੇ ਉਹਨਾਂ ਨੇ ਹੁਣ ਇਹਨੂੰ ਰੈਸਟੋਰੈਂਟ ਬਣਾ ਦਿੱਤਾ ਆ। ਸੋ ਇਹ ਚੀਜ਼ਾਂ, ਅਤੇ ਆਹ ਹੁਣ ਅਜੇ ਡੈਕੋਰੇਸ਼ਨ ਕਰਦੇ ਪਏ ਨਵੀਂ, ਬਟ ਜਿਹੜੀਆਂ ਪੁਰਾਣੀਆਂ ਚੀਜ਼ਾਂ ਉਹਨਾਂ ਨੂੰ ਉਹਨਾਂ ਟੱਚ ਨਹੀਂ ਕੀਤਾ, ਬਟ ਥੱਲੇ ਬਣਾ ਦਿੱਤਾ। ਸੋ ਇੱਥੇ ਆ ਕੇ ਆਪਣੀ ਫੈਮਿਲੀ ਨਾਲ ਤੁਸੀਂ ਇੱਕ ਦੁਬਈ ਦਾ ਨਾ ਪੁਰਾਣੇ ਸਮੇਂ 'ਚ ਕਿੱਦਾਂ ਦਾ ਸੀ ਉਹਦਾ ਵੀ ਥੋੜ੍ਹਾ ਜਿਹਾ ਲੁਕਤ ਲੈ ਸਕਦੇ ਹਾਂ, ਮਜ਼ਾ ਲੈ ਸਕਦੇ ਹਾਂ, ਤੁਹਾਨੂੰ ਥੋੜ੍ਹਾ ਜਿਹਾ ਪਤਾ ਲੱਗੂਗਾ। ਸੋ ਮੈਂ ਤਾਂ ਅੱਜ ਵਧੀਆ ਹੋ ਗਿਆ ਮੈਂ ਆਇਆ, ਕਿਉਂਕਿ ਕਾਫੀ ਟਾਈਮ ਤੋਂ ਮੈਂ ਦੁਬਈ 'ਚ ਲੱਭ ਰਿਹਾ ਸੀ ਕਿੱਥੇ ਲੋਕੇਸ਼ਨ, ਮੈਨੂੰ ਨਹੀਂ ਪਤਾ ਸੀ, ਲੇਕਿਨ ਹੁਣ ਮੈਂ ਟਰਾਈ ਕੀਤੀ ਤਾਂ ਮੈਨੂੰ ਪਤਾ ਚੱਲ ਗਿਆ। ਸੋ ਇਹ ਵੀ ਹਾਂਜੀ ਦੋਸਤੋ, ਸੋ ਅੱਜ ਦਾ ਜਿਹੜਾ ਇਹ ਬਲੌਗ ਮੇਰਾ ਇੱਥੇ ਖਤਮ ਹੋ ਗਿਆ। ਸੋ ਮੈਂ ਥੋੜ੍ਹਾ ਜਿਹਾ ਲੇਟ ਹੋਣ ਕਰਕੇ ਨਾ, ਸੋ ਜਿਹੜੇ ਇਹ ਮਤਲਬ ਕਿ ਉਹਨਾਂ ਦੇ ਸ਼ੇਖ ਦਾ ਘਰ ਆ ਉਹ ਉਹਨਾਂ ਨੇ ਬੰਦ ਕਰ ਦਿੱਤਾ, ਵੈਸੇ ਤਾਂ ਇਹ ਸਾਰਿਆਂ ਲਈ ਫ੍ਰੀ ਹੈਗਾ ਆ। ਸੋ ਸਵੇਰੇ 7 ਵਜੇ ਤੋਂ ਲੈ ਕੇ 6 ਵਜੇ ਤੱਕ ਹੁੰਦਾ ਓਪਨ। ਸੋ ਮੈਂ ਥੋੜ੍ਹਾ ਲੇਟ ਹੋ ਗਿਆ ਸੀ, ਪਰ ਫਿਰ ਵੀ ਜਿੰਨੀ ਵੀਡੀਓ ਬਣੀ ਹੈਗੀ ਉਹਦਾ ਵਿਊ ਬਹੁਤ ਸੋਹਣਾ ਆਇਆ ਹੈਗਾ। ਸੋ ਤੁਸੀਂ ਵੀਡੀਓ ਨੂੰ ਚੈੱਕ ਕਰੋ, ਲੇਕਿਨ ਮੈਂ ਕੋਸ਼ਿਸ਼ ਕਰੂੰਗਾ ਵੀ ਮੈਂ ਦਿਨ ਵਿੱਚ ਵੀ ਇੱਕ ਵਾਰੀ ਇਹਨੂੰ ਦੇਖਣਾ ਵਾਂ, ਕਿਉਂਕਿ ਯਾਰ ਪੁਰਾਣੀਆਂ ਚੀਜ਼ਾਂ ਨਾ ਜਿਹੜੀਆਂ ਦੇਖਣੀਆਂ ਚਾਹੀਦੀਆਂ। ਸੋ ਮੈਂ ਤਾਂ ਬਹੁਤ ਖੁਸ਼ ਹੋਇਆ, ਕਿਉਂਕਿ ਨਾਈਟ ਦੇ ਵਿੱਚ ਵੀ ਇੰਨਾ ਵਧੀਆ ਲੱਗਦਾ ਪਿਆ ਨਾ ਪੁਰਾਣੀਆਂ ਚੀਜ਼ਾਂ ਦੇਖ ਕੇ। ਈਵਨ ਮੈਂ ਆਪਣੀ ਲਾਈਫ ਦੇ ਵਿੱਚ ਦੇਖੀਆਂ ਹੋਈਆਂ ਸਾਰੀਆਂ ਚੀਜ਼ਾਂ, ਆਪਣੀ ਸੂਰਤ ਦੇ ਵਿੱਚ ਸਾਰੀਆਂ ਚੀਜ਼ਾਂ ਦੇਖੀਆਂ ਹੋਈਆਂ। ਸੋ ਵਧੀਆ ਲੱਗਾ ਅੱਜ ਦਾ ਬਲੌਗ। ਸੋ ਤੁਹਾਨੂੰ ਕਿੱਦਾਂ ਲੱਗਾ ਆਪਣਾ ਕਮੈਂਟਾਂ ਵਿੱਚ ਜ਼ਰੂਰ ਦੱਸਿਓ। ਸੋ ਮਿਲਾਂਗੇ ਤੁਹਾਨੂੰ ਇੱਕ ਹੋਰ ਨਵੇਂ ਬਲੌਗ ਦੇ ਵਿੱਚ, ਤਦ ਤੱਕ ਲਈ ਸਤਿ ਸ਼੍ਰੀ ਅਕਾਲ, ਅਦਾਬ, ਸਲਾਮ। ਮਿਲਾਂਗੇ ਤੁਹਾਨੂੰ ਇੱਕ ਹੋਰ ਨਵੇਂ ਬਲੌਗ, ਤਦ ਤੱਕ ਲਈ ਜਿਉਂਦੇ ਰਹੋ, ਵੱਸਦੇ ਰਹੋ, ਹੱਸਦੇ ਰਹੋ। ਬਾਏ ਬਾਏ, ਫਿਰ ਮਿਲਾਂਗੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ। ਬਾਏ।